ਦੋਸਤੋ ਪਰਸੋਂ ਮਨਕੂ ਵੀਰ ਦਾ ਸਿਆਟਲ ਤੋਂ ਫੋਨ ਆਇਆ ਸੀਗਾ। ਸੌਰੀ ਇਫ ਆਮ ਪ੍ਰੋਨਾਂਸਿੰਗ ਇਟ ਇਨਕਰੈਕਟਲੀ, ਬਟ 48 ਡਿਗਰੀ ਟੈਂਪਰੇਚਰ ਦੇ ਵਿੱਚ ਸਵੇਰ ਤੋਂ ਦੇਖਿਆ ਹੋਇਆ ਬੜੀ ਬੁਰੀ ਹਾਲਤ ਹੋਈ ਹੈ। ਅਤੇ ਮਨਕੂ ਵੀਰ ਨੇ ਸਵੇਰੇ ਸਾਰਾ ਦਿਨ ਟੈਕਸੀ ਘੁੰਮਾ ਕੇ ਸਵੇਰੇ 3 ਵਜੇ ਪਹੁੰਚਿਆ ਆਪਣੇ ਘਰ। ਉਸ ਤੋਂ ਬਾਅਦ ਮੈਂ ਫੋਨ ਕੀਤਾ ਕਿ ਉਹਨਾਂ ਨੇ ਆਹ ਵੀਰ ਆਪਣੇ ਹੈਗੇ ਪਰਮਵੀਰ ਸਿੰਘ ਤਰਨ ਤਾਰਨ ਤੋਂ, ਇਹਨਾਂ ਨੇ ਇਹ ਭਾਈ ਸਾਹਿਬ ਦੀ ਫੋਟੋ ਖਿੱਚ ਕੇ ਪਾਈ ਸੀਗੀ ਇਲਾਜ ਦੇ ਦੌਰਾਨ। ਅਤੇ ਇਹਨਾਂ ਦੇ ਦੋਸਤਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਹੈਲਪ ਕੀਤੀ 10,000 ਰੁਪੀਜ਼ ਦੀ ਆਸਟ੍ਰੇਲੀਆ ਤੋਂ, ਬਟ 2 ਤੋਂ 2.5 ਲੱਖ ਰੁਪਏ ਬਿੱਲ ਬਣ ਚੁੱਕਿਆ ਇਹਨਾਂ ਦਾ ਔਰ ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਔਰ ਜਦ ਆਪਾਂ ਦੀਪਿਕਾ ਕੈਂਸਰ ਫਾਈਟਰ ਸੀਗੀ ਉਹਦੀ ਮਦਰ ਲਈ ਆਪਾਂ ਇੱਕ ਕੰਟਰੀਬਿਊਸ਼ਨ ਇਕੱਠੀ ਕੀਤੀ ਸੀ, ਜੋ ਆਪਾਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਦੇ ਕੇ ਆਏ ਸੀ 87,000 ਰੁਪੀਜ਼। ਬਾਕੀ ਟੋਟਲ ਉਹਦੇ ਕੋਲ 1,15,000-20,000 ਰੁਪਏ ਪਹੁੰਚੇ ਸੀ, ਬਟ ਆਪਾਂ ਟਰਾਈ ਕੀਤੀ ਸੀ ਦੀਪਿਕਾ ਲਈ। ਔਰ ਉਸ ਤੋਂ ਬਾਅਦ ਫੇਜ਼ਿਸ ਦੇ ਵਿੱਚ ਆਪਾਂ ਕੰਟਰੀਬਿਊਸ਼ਨ ਕਰਨੀ ਸੀ ਅਤੇ ਦਮਨ ਕੈਨੇਡਾ ਨੇ ਔਰ ਮਿਸਟਰ ਇੱਕ ਨਵਜੋਤ ਸਿੱਧੂ ਦੇ ਫਰੈਂਡ ਸੀਗੇ ਉਹਨਾਂ ਨੇ ਹੈਲਪ ਕੀਤੀ ਸੀ ਪੰਚਕੂਲਾ ਤੋਂ, ਪ੍ਰਿਆ ਠਾਕੁਰ ਨੇ ਹੈਲਪ ਕੀਤੀ ਸੀ ਅਤੇ ਉਹਨਾਂ ਦੀ ਕੰਟਰੀਬਿਊਸ਼ਨ ਅਸੀਂ ਔਨ ਹੋਲਡ ਰੱਖੀਆਂ ਸੀਗੀਆਂ। ਅਤੇ ਅਨਫੋਰਚੁਨੇਟਲੀ ਦੀਪਿਕਾ ਜੋ ਕੈਂਸਰ ਪੇਸ਼ੈਂਟ ਸੀ, ਬਲੱਡ ਕੈਂਸਰ ਨਾਲ ਫਾਈਟ ਕਰ ਰਹੀ ਸੀ, ਉਹਦੀ 3 ਦਿਨ ਪਹਿਲਾਂ ਡੈਥ ਹੋ ਗਈ ਹੈ। ਅਤੇ ਜਿਸਦਾ ਸਾਨੂੰ ਅਫਕੋਰਸ ਬਹੁਤ ਅਫਸੋਸ ਹੈ। ਅਤੇ ਉਹਦੀ ਜੋ ਔਨ ਹੋਲਡ ਕੰਟਰੀਬਿਊਸ਼ਨ ਸੀਗੀਆਂ ਉਹ ਅਸੀਂ ਕੰਟਰੀਬਿਊਸ਼ਨ ਦੇ ਭਾਈ ਸਾਹਿਬ ਨੂੰ ਐਕਸਟੈਂਡ ਕਰਾਂਗੇ। ਸਾਡੇ ਕੋਲ 15,000 ਔਨ ਹੋਲਡ ਪਿਆ ਸੀਗਾ ਅਤੇ ਅਸੀਂ 15,000 ਇਹਨਾਂ ਨੂੰ ਐਕਸਟੈਂਡ ਕਰਦੇ ਹਾਂ। ਅਤੇ ਤੁਹਾਡੇ ਤੋਂ ਬਹੁਤ ਅਪੀਲ ਕਰਦੇ ਹਾਂ, ਇਹਨਾਂ ਨੂੰ ਕਾਫੀ ਤੁਹਾਡੀ ਮਦਦ ਦੀ ਲੋੜ ਹੈ, ਅਰਾਊਂਡ 2 ਤੋਂ 2.5 ਲੱਖ ਰੁਪਏ ਦੀ। ਅਤੇ ਇੱਕ 15,000 ਰੁਪਏ ਹੈ। ਅਤੇ ਅੱਜ ਆਈ ਥਿੰਕ 14 ਤਰੀਕ ਹੈ ਨਾ, 14 ਮਈ ਹੈ, ਅਤੇ ਆਪਾਂ 31 ਮਈ ਤੱਕ ਅਸੀਂ ਕੰਟਰੀਬਿਊਸ਼ਨ ਇਕੱਠੀ ਕਰਾਂਗੇ। ਸਾਨੂੰ 2 ਜਾਂ 2.5 ਲੱਖ ਰੁਪਏ ਦੀ ਲੋੜ ਹੈ। ਮਨਕੂ ਵੀਰ ਨਾਲ ਮੇਰੀ ਉਸ ਦਿਨ ਗੱਲ ਹੋ ਰਹੀ ਸੀ ਤਾਂ ਮੈਂ ਬੜਾ ਇੰਪ੍ਰੈਸ ਸੀਗਾ, ਉਹਨੇ ਕਿਹਾ ਵੀਰੇ ਜਾ ਕੇ ਹੀ ਜਾ ਕੇ ਆਉਣਾ ਤੁਸੀਂ, ਔਰ ਮੈਨੂੰ ਪਹੁੰਚਣਾ ਹੀ ਪਿਆ ਕਿਉਂਕਿ ਵੀਰ ਨੇ ਹੁਕਮ ਦਿੱਤਾ ਸੀਗਾ। ਅਤੇ ਦੋਸਤੋ ਤੁਹਾਡੀ ਅਪੀਲ ਹੈ, ਪਲੀਜ਼ ਇਸ ਵੀਡੀਓ ਨੂੰ ਫੇਸਬੁੱਕ 'ਤੇ ਵੱਧ ਤੋਂ ਵੱਧ ਟੈਗ ਕਰਕੇ ਸ਼ੇਅਰ ਕਰੋ ਔਰ ਵਟਸਐਪ 'ਤੇ ਸ਼ੇਅਰ ਕਰੋ ਤਾਂ ਕਿ ਲੋਕ ਅਵੇਅਰ ਹੋ ਕੇ ਇਸ ਵੀਰ ਦੀ ਹੈਲਪ ਕਰ ਸਕਣ। ਅਤੇ ਇਹ ਖੁਦ ਹੀ ਕਮਾਉਂਦੇ ਸੀਗੇ, ਤੁਸੀਂ ਖੁਦ ਸਮਝਦਾਰ ਹੋ, ਜੇ ਜਿਹੜਾ ਬੰਦਾ ਹੈਂਡ ਟੂ ਮਾਊਥ ਹੋਵੇ ਔਰ ਉਹੀ ਬੈੱਡ ਰਿਡਨ ਹੋ ਜਾਵੇ ਤਾਂ ਘਰ ਦਾ ਖਰਚਾ ਕਿਵੇਂ ਚੱਲੇਗਾ ਨਾ। ਅਤੇ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ, ਲੋਕਾਂ ਨੂੰ ਅਵੇਅਰ ਕਰੋਗੇ ਤਾਂ ਕਿ ਇਸ ਮੁੰਡੇ ਦੀ ਵੱਧ ਤੋਂ ਵੱਧ ਹੈਲਪ ਹੋ ਸਕੇ। ਇਹਨਾਂ ਦੇ ਘਰੇ ਕੋਈ ਕਮਾਉਣ ਵਾਲਾ ਨਹੀਂ ਹੈਗਾ, 20 ਸਾਲ ਪਹਿਲਾਂ ਇਹਨਾਂ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ ਔਰ ਇਹਨਾਂ ਮਦਰ ਨੇ ਇਹਨਾਂ ਨੇ ਬੜੇ ਔਖੇ ਝਾੜੂ ਪੋਚੇ ਲਗਾ ਕੇ ਬੱਚੇ ਪਾਲੇ ਸੀਗੇ। ਅਤੇ ਹਾਲਾਤ ਕਾਫੀ ਖਰਾਬ ਹੈ, ਇਹ ਮੁੰਡੇ ਦੇ 4 ਪਲੇਟਸ ਪਈਆਂ ਮੱਥੇ 'ਤੇ, 2 ਅਤੇ ਨੱਕ ਖਤਮ ਹੋ ਗਿਆ ਸੀਗਾ ਔਰ ਇੱਥੇ ਜੋਸ ਦੇ ਵਿੱਚ ਸ਼ਿਕੰਜਾ ਲਗਾ ਕੇ ਪੂਰਾ ਕੱਸਿਆ ਹੋਇਆ ਇਹਨਾਂ ਡਾਕਟਰਸ ਨੇ, ਕਾਫੀ ਸਵੈਲਿੰਗ ਹੋ ਰੱਖੀ ਹੈ। ਅਤੇ ਆਹ ਏਅਰ ਪਾਈਪ ਵੀ ਲਗਾਈ ਹੋਈ ਸੀ ਜੋ ਹੁਣ ਕੱਢ ਦਿੱਤੀ ਗਈ ਹੈ। ਅਤੇ ਕਾਫੀ ਬੁਰੀ ਹਾਲਤ ਹੈ, ਕਾਫੀ ਮਹੀਨੇ ਲੱਗਣਗੇ, ਪੋਸਟ ਟ੍ਰੀਟਮੈਂਟ ਚਾਰਜਿਸ ਵੀ ਹੋਣਗੇ। ਅਤੇ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਇਹਨਾਂ ਲਈ ਆਪਾਂ 31 ਮਈ ਤੱਕ ਪੈਸੇ ਇਕੱਠੇ ਕਰਾਂਗੇ, ਜੋ ਕਮਿੰਗ ਸੈਟਰਡੇ 31 ਮਈ ਤੋਂ ਬਾਅਦ ਹੋਏਗਾ ਆਪਾਂ ਦੇਣ ਆਵਾਂਗੇ ਤੁਹਾਡੀ ਕੰਟਰੀਬਿਊਸ਼ਨਸ। ਥੈਂਕ ਯੂ ਫੋਰ ਵਾਚਿੰਗ ਐਂਡ ਸ਼ੇਅਰਿੰਗ ਦ ਕਲਿੱਪ। ਥੈਂਕ ਯੂ।